ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਇਹ ਛਾਪੇ ਵਾਲੇ ਕਮੀਜ਼ ਦੀ ਕਟਿੰਗ ਕਰਾਂਗੇ ਇਹਦੇ ਦੇਖੋ ਇੱਕ ਤਾਂ ਆਹ ਗਲੇ ਦੇ ਉੱਤੇ ਇਦਾਂ ਦੀ ਆਹ ਪੱਟੀ ਆ ਛਾਪੀ ਹੋਈ ਆ ਉੱਤੇ ਸ਼ੀਸ਼ੇ ਜਿਹਾ ਲੱਗੇ ਹੋਏ ਨੇ ਤੇ ਇੱਕ ਇਹਦੇ ਹੈਗਾ ਪੱਲੇ ਦੇ ਉੱਤੇ ਇਦਾਂ ਦਾ ਡਿਜ਼ਾਈਨ ਪੱਟੀ ਬਣੀ ਹੋਈ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੀ ਆ ਆਪਾਂ ਹੁਣ ਫਰੰਟ ਦਾ ਪੱਲਾ ਇੱਥੋਂ ਪੱਟੀ ਤੋਂ ਫੜ ਕੇ ਸੈਂਟਰ ਦੇ ਵਿੱਚੋਂ ਫੋਲਡ ਕਰ ਲਿਆ ਇੱਥੇ ਤੱਕ ਫੋਲਡ ਕਰ ਲਿਆ ਤੇ ਹੁਣ ਆਪਣੀ ਇਥੋਂ ਤੇ ਲੈ ਕੇ ਆਪਾਂ ਇਹਦੀ ਲੰਬਾਈ ਨਾਪਣੀ ਆ ਆਹ ਲਾਈਨ ਤੋਂ ਇਥੋਂ ਤਿਆਰ ਲੰਬਾਈ ਆਪਾਂ 40 ਇੰਚ ਨਾਪਣੀ ਆ ਇਹਦੀ 40 ਇੰਚ ਤਿਆਰ ਆ ਤੇ ਆਪਾਂ 1 ਇੰਚ ਜ਼ਿਆਦਾ ਰੱਖਾਂਗੇ ਜਦੋਂ ਆਪਾਂ ਸੈੱਟ ਕਰਕੇ ਰੱਖ ਲਾਂਗੇ ਜਦੋਂ ਤੀਰਾ ਕੱਟਣ ਲੱਗਾਂਗੇ ਉਦੋਂ ਆਪਾਂ ਅੱਧਾ ਇੰਚ ਰੱਖਾਂਗੇ ਬਾਕੀ ਘਾਟ ਵਾਧ ਫੇਰ ਕੱਟ ਦਾਂਗੇ ਇਸ ਲਈ ਆਪਾਂ 1 ਇੰਚ ਵਧ ਰੱਖਾਂਗੇ ਕਿਉਂਕਿ ਹੁਣ ਆਪਾਂ ਨੂੰ ਸਿਰਫ ਇਹਦੇ ਵਿੱਚ ਅੱਧਾ ਹੀ ਇੰਚ ਜ਼ਿਆਦਾ ਚਾਹੀਦਾ ਇਹਦੇ ਵਿੱਚ ਆਪਾਂ ਜਿਹੜਾ 3 ਇੰਚ ਪਲੱਸ ਕਰ ਦਿੰਨੇ ਆ ਲੰਬਾਈ 'ਚ ਨਾ ਉਹ ਨਹੀਂ ਕਰਨਾ ਕਿਉਂਕਿ ਇਹਦਾ ਪੱਲਾ ਨਹੀਂ ਮੋੜਨਾ ਆਪਾਂ ਨੇ ਇਥੋਂ ਤੇ ਤਿਆਰ ਰ ਇਹ 40 ਇੰਚ ਤਿਆਰ ਇੱਥੇ ਤੱਕ ਰੱਖਣਾ ਤੇ ਇਹ 41 ਇੰਚ ਦੀ ਆਪਾਂ ਇਹਦੀ ਕਟਾਈ ਕਰਾਂਗੇ ਤੇ ਹੁਣ ਆਹ ਜਿਹੜੀ ਪੱਟੀ ਆ ਇਹ ਪੱਟੀ ਇੱਥੇ ਤੱਕ ਇਹ 40 ਆਉਂਦੀ ਹੈ ਤਿਆਰ ਤੇ ਹੁਣ ਆਪਾਂ ਇਹਦੇ ਚੋਂ 6 6.5 ਆਪਾਂ ਗਲਾ ਕੱਟ ਦਾਂਗੇ ਮਗਰ ਪੱਟੀ ਬਿਲਕੁਲ ਘਟ ਰਹੀਗੀ ਥੋੜੀ ਜਿਹੀ ਰਹੀਗੀ ਇੰਨੀ ਕੀ ਰਹੀਗੀ ਪੱਟੀ ਤੇ ਇਸ ਕਰਕੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਇੱਥੋਂ ਆਪਦੀ ਪਹਿਲਾਂ ਪੱਟੀ ਪੂਰੀ ਕਰਾਂਗੇ ਇਹਨੂੰ ਹੁਣ ਆਪਾਂ ਆਪਦੀ ਲੰਬਾਈ ਇੱਥੋਂ ਤਾਹਾਂ ਤੋਂ ਨਪਾਂਗੇ ਪੂਰੀ 40 ਇੰਚ ਤਿਆਰ ਕਰਕੇ ਤਾਂ ਹਾਂ ਤੋਂ ਨਾਪਾਂਗੇ ਜਿੰਨੀ ਆਪਾਂ ਨੇ ਇਹਦੀ ਪੱਟੀ ਰੱਖਣੀ ਹੈ ਨਾ ਲੰਬਾਈ 'ਚ ਉੱਥੋਂ ਤੇ ਲੈ ਕੇ ਆਹ ਜਿਹੜਾ ਗਲਾ ਨਿਕਲ ਜਵੇ ਆਹ ਸ਼ੀਸ਼ਿਆਂ ਤੋਂ ਬਿਨਾ-ਬਿਨਾ ਨਿਕਲ ਜਵੇ ਸ਼ੀਸ਼ੇ ਤੇ ਤੱਕ ਨੇ ਇੱਥੇ ਤੱਕ ਜਿਹੜਾ ਗਲਾ ਨਿਕਲ ਜਵੇ ਆਪਾਂ ਪੱਟੀ ਇੱਥੋਂ ਸਿਰੇ ਤੋਂ ਹੀ ਹੁਣ ਆਪਾਂ ਨੇ ਥੱਲੇ ਨੂੰ 40 ਇੰਚ ਨਾਪਣਾ ਵਾ ਤੇ ਕਿਉਂਕਿ ਜੇ ਪੱਟੀ ਉਹ ਹੀ ਕੱਟੀ ਗਈ ਫਿਰ ਆਪਣਾ ਡਿਜ਼ਾਈਨ ਨਹੀਂ ਰਹਿਣਾ ਹੈਗਾ ਤੇ ਇਸ ਲਈ ਆਪਾਂ ਹੁਣ ਇੱਥੇ ਤੱਕ ਨਾਪਾਂਗੇ 40 ਇੰਚ ਤੇ ਹੁਣ ਆਪਾਂ ਨੇ ਕੀ ਮੈਂ ਕਰਨਾ ਆਹ ਹੁਣ ਪੱਲਾ ਵਾ ਇਹਦਾ ਆਪਾਂ ਨੇ ਹੁਣ ਕੀ ਕਰਨਾ ਮੈਂ ਇਹ ਤੁਹਾਨੂੰ ਇਹ ਦੱਸਦੀਆਂ ਹੁਣ ਆ ਦੇਖੋ ਇੱਥੋਂ ਤੇ ਆਪਾਂ ਨੇ ਹੁਣ ਸਿਰੇ ਤੋਂ ਆਹ ਜਿਹੜਾ ਫਰੰਟ ਦੇ ਪੱਲੇ ਦੀ ਅੱਡ ਡਿਜ਼ਾਈਨ ਆ ਨਾ ਇੱਥੋਂ ਤੇ ਲੈ ਕੇ ਆਪਾਂ ਨੇ ਹੁਣ ਇੱਥੇ ਤੱਕ 41 ਇੰਚ 41 ਇੰਚ ਆਪਾਂ ਨੇ ਇੱਥੇ ਤੱਕ ਇਹਦੀ ਨਿਸ਼ਾਨੀ ਲਗਾ ਲਈ 41 ਇੰਚ ਤੇ ਤੇ ਹੁਣ ਆਹ ਵਾਲਾ ਜਿਹੜਾ ਪੱਲਾ ਵਾ ਇਹਨੂੰ ਹੁਣ ਪਨ ਜੇਕਰ ਹੁਣ ਇਹ ਜੇ ਇੱਥੇ ਤੱਕ ਕਰਦੇ ਆ ਤਾਂ ਨੀ ਮਾ ਹੁੰਦਾ ਬਹੁਤ ਜ਼ਿਆਦਾ 41 ਆਪਾਂ ਨੂੰ 40 ਇੰਚ ਪੂਰੀ ਤਿਆਰ ਚਾਹੀਦੀ ਆ ਤੇ ਕੁਝ ਮੋੜਿਆਂ ਚ ਕੱਟੀ ਜਾਊਗੀ ਕੁਝ ਘਾੜਬਾ ਉੱਪਰ ਕੱਢ ਦਵਾਂਗੇ ਤੇ ਆਪਾਂ 40 ਇੰਚ ਪੂਰੀ ਤਿਆਰ ਰੱਖਣੀ ਆ ਹੁਣ ਆਹ ਵਾਲਾ ਜਿਹੜਾ ਪੱਲਾ ਡਿਜ਼ਾਈਨ ਖਰਾਬ ਜਾਂਦਾ ਹੁਣ ਇਹਦਾ ਆਪਾਂ ਕੀ ਕਰਨਾ ਇਹਦਾ ਆਪਾਂ ਆਪਾਂ ਪਤਾ ਕੀ ਕਰਾਂਗੇ ਇਹ ਪਹਿਲਾਂ ਇੱਥੋਂ ਆਪਾਂ ਪੂਰੀ 40 ਇੰਚ ਤੋਂ ਅੱਧਾ ਇੰਚ ਰੱਖ ਕੇ ਆਪਾਂ ਕੱਟ ਦਾਂਗੇ ਇੱਥੇ ਰੱਖ ਕੱਟ ਕੇ ਫਿਰ ਆਪਾਂ ਆਹ ਪੱਟੀ ਦੇ ਨਾਲ ਅੱਧਾ-ਅੱਧਾ ਇੰਚ ਰੱਖ ਕੇ ਨਾ ਇਧਰ ਦਾ ਹੈਗਾ ਹੀ ਥੋੜਾ ਜਿਹਾ ਹੋਰ ਕੱਟ ਦਾਂਗੇ ਅੱਧਾ ਇੰਚ ਰੱਖ ਕੇ ਤੇ ਅੱਧਾ ਇੱਥੇ ਇਧਰੋਂ ਰੱਖ ਕੇ ਇਹ ਆਪਾਂ ਪਹਿਲਾਂ ਪੱਲੀ ਕੱਲੀ-ਕੱਲੀ ਪੱਟੀ ਕੱਢ ਲਾਂਗੇ ਕੱਲੀ ਪੱਟੀ ਕੱਢ ਕੇ ਫਿਰ ਆਪਾਂ ਆ ਪਾਈਪਿੰਗ ਨਾਲ ਧਰ ਕੇ ਜਦੋਂ ਪੱਲੇ ਤੇ ਉੱਤੇ ਧਰਾਂਗੇ ਨਾ ਇਦਾਂ ਨਾਲ ਇਦਾਂ ਉੱਪਰ ਪੱਟੀ ਦੇ ਇਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਪਾਈਪਿੰਗ ਲਾਵਾਂਗੇ ਇਧਰਲੀ ਸਾਈਡ ਵੀ ਪਾਈਪਿੰਗ ਲਾਵਾਂਗੇ ਇਦਾਂ ਪੱਟੀ ਦੇ ਤੇ ਇਹ ਫਿਰ ਆਪਾਂ ਇਹ ਪੱਟੀ ਨੂੰ ਚੱਕ ਕੇ ਉੱਪਰ ਲਾ ਲਾਂਗੇ ਪੂਰੇ ਆਪਦੇ 40 ਇੰਚ ਦੀ ਤਿਆਰ ਦਿੱਤੇ ਉਹ ਜਦੋਂ ਮੈਂ ਲਾਉਂਗੀ ਉਹ ਮੈਂ ਤੁਹਾਨੂੰ ਦਿਖਾਉਂਗੀ ਤੇ ਹੁਣ ਆਪਾਂ ਨੇ ਦੇਖ ਲਈਦਾ ਫਰੰਟ ਦਾ ਪਹਿਲਾ ਪੱਲਾ ਹੁਬਦਾ ਇਦਾਂ ਕੱਢ ਲੈਣਾ ਹੁਣ ਆਪਾਂ ਇਧਰ ਨੂੰ ਆਪਦਾ ਘੇਰਾ ਪੂਰਾ ਕਰ ਲੈਣਾ ਹੁਣ ਘੇਰੇ ਦੇ ਵਿੱਚ 3 ਪਲੱਸ ਕਰਕੇ ਤੇ ਹੁਣ 21 ਇੰਚ ਘੇਰਾ ਤਿਆਰ ਆ 21 ਦੇ ਵਿੱਚ 22 23 24 ਇੰਚ ਆਪਾਂ ਨੇ ਘੇਰਾ ਤਿਆਰ ਇਧਰ ਨੂੰ ਕਰ ਲੈਣਾ ਮਤਲਬ ਕਿ ਫੋਲਡ ਕਰਿਆ ਹੋਇਆ ਹੈ ਇਹ ਇਹ ਆਪਾਂ ਨੇ ਹੁਣ 12 ਇੰਚ ਦੇ ਇਧਰੋਂ ਨਿਸ਼ਾਨੀ ਲਾ ਲੈਣੀ ਆ ਤੇ 12 ਇੰਚ ਤੇ ਇਹ ਫੋਲਡ ਕਰਿਆ ਹੋਇਆ ਕਰਕੇ ਆਪਾਂ ਨੇ 12 ਇੰਚ ਤੇ ਇਧਰੋਂ ਨਿਸ਼ਾਨੀ ਲਾ ਕੇ ਆਪਾਂ ਨੇ ਫਰੰਟ ਦਾ ਪੱਲਾ ਕੱਢ ਲੈਣਾ ਇਹਦੇ ਚੋਂ ਆ ਵੀ ਆਪਾਂ ਹੁਣ 12 12 ਇੰਚ ਤੇ ਇਧਰੋਂ ਵੀ ਲੈ ਲਈ ਇਧਰੋਂ ਵੀ ਲਾ ਕੇ ਆਪਾਂ ਨੇ ਨਿਸ਼ਾਨੀ ਲਾ ਲਈ 12 12 ਇੰਚ ਦੀ ਆ ਦੇਖੋ ਆ ਬਲੇਮ 스케치 ਦੇ ਨਾਲ ਇਦਾਂ ਨਿਸ਼ਾਨੀ ਲਾ ਲਈਆ ਆਪਾਂ ਹੁਣ ਪਹਿਲਾਂ ਫਰੰਟ ਦਾ ਪੱਲਾ ਆਪਾਂ ਇਧਰੋਂ ਕੱਢ ਦਾਂਗੇ ਮੂਰੇ ਫਰੰਟ ਦਾ ਤਿੰਨ ਪਲੱਸ ਕਰਿਆ ਆਪਾਂ ਨੇ ਘੇਰੇ ਦੇ ਵਿੱਚ ਜਿੰਨਾ ਤਿਆਰ ਘੇਰਾ ਵਿੱਚ ਤਿੰਨ ਪਲੱਸ ਕਰਕੇ ਆਪਾਂ ਨੇ ਇਧਰ ਘੇਰਾ ਪੂਰਾ ਕਰ ਲਿਆ ਤੇ ਹੁਣ ਆਪਾਂ ਨੇ ਇਹਦਾ ਫਰੰਟ ਦਾ ਪੱਲਾ ਕੱਢ ਲੈਣਾ ਪਹਿਲਾਂ ਆਹਾ ਆਪਾਂ ਪੱਲਾ ਫਰੰਟ ਦਾ ਕੱਢ ਕੇ ਇਹਦੀ ਕਟਿੰਗ ਕਰ ਲਈ ਆਪਾਂ ਨੇ ਆ ਦੇਖੋ ਇਦਾਂ ਕਟਿੰਗ ਕਰਕੇ ਤੇ ਹੁਣ ਆਪਾਂ ਨੇ ਜਿਹੜਾ ਆ ਇੱਥੇ ਤਿਆਰ ਲੰਬਾਈ ਰੱਖੀ ਹੋਈ ਆ ਇਥੇ ਤੱਕ ਰੱਖ ਕੇ ਕੀ ਆਪਾਂ ਨੇ ਇਦਾਂ ਇਹਨੂੰ ਫੋਲਡ ਕਰਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਹਰ ਇਦਾਂ ਇਹਦੀ ਪੂਰੀ ਜਿੰਨੀ ਆਪਾਂ ਇਥੇ ਤੱਕ ਰੱਖ ਕੇ ਤਿਆਰ ਚਾਹੇ ਇਥੋਂ ਫੜ ਕੇ ਇਧਰ ਨੂੰ ਫੋਲਡ ਕਰਕੇ ਇਥੋਂ ਆਪਾਂ ਇਹਦੀ ਪੱਲੇ ਦੀ ਕਟਿੰਗ ਕਰ ਦੇਣੀ ਆ ਫਰੰਟ ਵਾਲੇ ਦੀ ਆ ਦੇਖੋ ਇਹ ਨੂੰ ਆਪਾਂ ਨੇ ਪੱਟੀ ਨੂੰ ਇਥੋਂ ਦੀ ਲੰਬਾਈ ਪੂਰੀ ਤਿਆਰ ਜਿੰਨੀ ਰੱਖ ਕੇ ਅੱਧਾ ਇੰਚ ਜ਼ਿਆਦਾ ਰੱਖ ਲਏ ਇਥੋਂ ਤੇ ਇਥੋਂ ਆਪਾਂ ਨੇ ਇਦਾਂ ਇਹਦਾ ਪੱਲੇ ਦੀ ਕਟਿੰਗ ਕਰਤੀ ਇਹ ਨੂੰ ਹੁਣ ਆਪਾਂ ਇਥੋਂ ਪੱਟੀ ਕੱਟ ਕੇ ਫਿਰ ਆ ਪਾਈਪਿੰਗ ਵਾਲੇ ਦੁਆਲੇ ਦੋਨਾਂ ਸਾਈਡਾਂ ਤੇ ਲਾ ਕੇ ਇਹਦੀ ਆਪਾਂ ਪੱਟੀ ਫਿਰ ਇਹਦੇ ਉੱਤੇ ਧਰ ਕੇ ਦੁਆਰੇ ਲਾਵਾਂ ਤੇ ਹੁਣ ਆ ਦੇਖੋ ਇਹਦੀ ਕੋਈ ਵੀ ਤੁਹਾਡੇ ਗਲੇ ਦੇ ਉੱਤੇ ਕੋਈ ਕੜਾਈ ਹੋਵੇ ਉਹ ਕੱਟੀ ਜਾਂਦੀ ਹੋਵੇ ਫਿਰ ਕੋਈ ਨਜੀ ਹੀਟੋਂ ਬਣਦਾ ਹੋਵੇ ਨਾ ਇਦਾਂ ਹਿਸਾਬ ਤਾਂ ਇਦਾਂ ਆਪਾਂ ਲਗਾ ਸਕਦੇ ਆ ਤੇ ਹੁਣ ਆ ਦੇਖੋ ਇਹਦੇ ਇੱਥੇ ਤੱਕ ਸ਼ੀਸ਼ੇ ਨੇ ਹੁਣ ਇੱਥੇ ਤੱਕ ਜੇ ਗਲਾ ਕੱਟਿਆ ਜਾਊਗਾ ਇੱਥੇ ਤੱਕ ਗਲਾ ਕੱਟਿਆ ਜਾਊਗਾ 6.5 ਇੰਚ ਗਲਾ ਕੱਟਿਆ ਜਾਊਗਾ ਤੇ ਆ ਇੰਨੀ ਆਪਣੀ ਕੋਲ ਪੱਟੀ ਸ਼ੀਸ਼ੇ ਵਾਲੀ ਬਚ ਜੂਗੀ ਜਿੰਨੀ ਆਪਾਂ ਨੇ ਰੱਖਣੀ ਆ ਪੱਟੀ ਉੰਨੀ ਰੱਖ ਕੇ ਉਥੋਂ ਤੇ ਆਪਾਂ ਆਪਦੀ ਤਿਆਰੀ ਕਰਨ ਗਲੇ ਦੀ ਕਟਾਈ ਕਰਨੀ ਆ ਹੁਣ ਇਦਾਂ ਹੀ ਆਪਾਂ ਬੈਕ ਦੀ ਤਿਆਰੀ ਕਰਦੇ ਆਂ ਬੈਗ ਦਾ ਪੱਲਾ ਕੱਟਦੇ ਆਂ ਆ ਆਪਾਂ ਨੇ ਬੈਗ ਦਾ ਪੱਲਾ ਫੋਲਡ ਕਰਕੇ ਰੱਖ ਲਿਆ ਬੈਗ ਦੇ ਪੱਲੇ ਤੇ ਵੀ ਇਹ ਇਦਾਂ ਦੀ ਪੱਟੀ ਹੈਗੀ ਆ ਤੇ ਇਹ ਆਪਾਂ ਨੇ ਹੁਣ ਇਹਦੇ ਅੰਦਰ ਲੀਰ ਲਾ ਕੇ ਆਪਾਂ ਪੱਲਾ ਮੋੜ ਦਾਂਗੇ ਤੇ ਹੁਣ ਇਹ ਆਪਾਂ ਤਿਆਰ ਇੱਥੇ ਤੱਕ ਹੀ ਰੱਖਣਾ ਇਹਦੇ ਵਿੱਚ ਵੀ ਆਪਾਂ ਲੰਬਾਈ ਦੇ ਵਿੱਚ ਤਿੰਨ ਪਲੱਸ ਨਹੀਂ ਕਰਨਾ ਇਹ ਜਿੰਨੀ ਆਪਣੀ ਪੂਰੀ ਲੰਬਾਈ ਆ ਇਹ ਇਹਦੇ ਉੱਪਰ ਆਹ ਵਾਲੀ ਲਾਈਨ ਦੇ ਉੱਤੇ ਆਪਾਂ ਪੱਲਾ ਫਰੰਟ ਵਾਲਾ ਧਰ ਕੇ ਆਪਾਂ ਨੇ ਇਹ ਹੁਣ ਇਦਾਂ ਇਹਦੇ ਤੇ ਪੂਰਾ ਪੂਰਾ ਰੱਖ ਕੇ ਪੂਰੀ ਪੂਰੀ ਲੰਬਾਈ ਰੱਖ ਲੈਣੀ ਆ ਕਿਉਂਕਿ ਇਹਦੇ ਵਿੱਚ ਵੀ ਆਪਾਂ ਨੂੰ ਪੱਲਾ ਮੋੜਨ ਲਈ ਜ਼ਰੂਰਤ ਨਹੀਂ ਹੈਗੀ ਇਹਦੇ 'ਚ ਲੀਰ ਲਾਵਾਂਗੇ ਇੱਥੇ ਇੱਥੋਂ ਤੇ ਲੀਰ ਲਾ ਕੇ ਆਪਾਂ ਇਹਦਾ ਪੱਲਾ ਥੱਲੇ ਮੋੜ ਦਾਂਗੇ ਆ ਦੇਖੋ ਆਪਾਂ ਨੇ ਫਰੰਟ ਦਾ ਪੱਲਾ ਵੀ ਉੱਪਰ ਧਰ ਲਿਆ ਜਿੰਨਾ ਕ ਆਪਾਂ ਫਰੰਟ ਦੇ ਇੱਥੋਂ ਅੰਦਰੋਂ ਅੱਧਾ ਕੈਂਚ ਮੋੜਾਂਗੇ ਆ ਵਾਲੀ ਉੱਤੇ ਪੱਟੀ ਧਰ ਕੇ ਅੰਦਰ ਨੂੰ ਮੋੜ ਕੇ ਉੱਪਰ ਪੱਟੀ ਧਰਾਂਗੇ ਤੇ ਉਹਨਾਂ ਦਾ ਅੱਧਾ ਇੰਚ ਇਹਦੇ 'ਚ ਵੀ ਮੜੂਗਾ ਇਹਦੀ ਮੰਦੀਰ ਲੱਗਣ ਨੂੰ ਮੜੂਗਾ ਤੇ ਇਸ ਲਈ ਆਪਾਂ ਹੁਣ ਇਹਨੂੰ ਪੂਰਾ ਪੂਰਾ ਧਰ ਲਿਆ ਦੋਨੇ ਪੱਲਿਆਂ ਨੂੰ ਇੱਥੋਂ ਇਹ ਤੋਂ ਪੱਲੀਆਂ ਕੱਢਣੀਆਂ ਹੇਠੋਂ ਤੇ ਹੁਣ ਇਧਰੋਂ ਆਪਾਂ ਨੇ ਪੂਰਾ ਧਰ ਕੇ ਇੱਥੋਂ ਵੀ ਇਹਦੀ ਪੂਰੀ ਪੂਰੀ ਕਟਿੰਗ ਕਰ ਦੇਣੀ ਹੈ ਇਧਰੋਂ ਵੀ ਇਹ ਹੁਣ ਬੈਕ ਤੇ ਫਰੰਟ ਦੇ ਦੋਨੇ ਪੱਲੇ ਧਰੇ ਹੋਏ ਨੇ ਹੁਣ ਆਪਾਂ ਇਹਨਾਂ ਦੋਨੇ ਪੱਲਿਆਂ ਦੀ ਇਹ ਕਟਿੰਗ ਕਰ ਦੇਣੀ ਹੈ ਇੱਥੋਂ ਬੈਕ ਦੀ ਵੀ ਆ ਦੇਖੋ ਬੈਕ ਤੇ ਫਰੰਟ ਦੋਨੇ ਪੱਲੇ ਆਪਾਂ ਨੇ ਪੂਰੇ ਪੂਰੇ ਸੈਂਟਰ ਚੋਂ ਆ ਫਰੰਟ ਵਾਲਾ ਮੋੜ ਕੇ ਆ ਦੇਖੋ ਇਦਾਂ ਆਪਾਂ ਹੁਣ ਬੈਕ ਤੇ ਫਰੰਟ ਦੇ ਪੱਲਿਆਂ ਦੀ ਆਪਾਂ ਨੇ ਕਟਿੰਗ ਕਰ ਲਈ ਹੈ ਤੇ ਹੁਣ ਮੈਂ ਫਰੰਟ ਦੇ ਪੱਲੇ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਉਹ ਪੱਟੀ ਲਾ ਕੇ ਪਾਈਪਿੰਗ ਲਾ ਕੇ ਬਣਾਉਣਾ ਕਹਿੰਨੀ ਆ ਨਾ ਉਹ ਮੈਂ ਤੁਹਾਨੂੰ ਹੁਣ ਬਣਾ ਕੇ ਦਿਖਾਉਣੀ ਆ ਹੁਣ ਆਪਾਂ ਬਸ ਆ ਪੱਲੇ ਦੀ ਫਰੰਟ ਦੀ ਤੇ ਪੱਟੀ ਲਾ ਕੇ ਦਿਖਾਉਣੀ ਆ ਤੁਹਾਨੂੰ ਆ ਹੁਣ ਆਪਾਂ ਪੱਟੀ ਦੇ ਇੱਥੋਂ ਅੱਧਾ-ਅੱਧਾ ਇੰਚ ਰੱਖ ਕੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਅੱਧਾ-ਅੱਧਾ ਇੰਚ ਰੱਖ ਲੈਣਾ ਆਪਾਂ ਨੇ ਔਰੇ ਆ ਆਪਾਂ ਕਮੀਜ਼ ਦਾ ਪੁੱਠਾ-ਪੱਸਾ ਲੈ ਲਿਆ ਤੇ ਆਹ ਲੀਰ ਆਪਾਂ ਨੇ ਇਧਰ ਆਪਾਂ ਸਦਾ ਵਾ ਆ ਉੱਪਰਲਾ ਪੁੱਠਾ ਵਾ ਉੱਪਰ ਪੁੱਠਾ ਰੱਖ ਕੇ ਵਿੱਚ ਪਾਈਪਿੰਗ ਲੈ ਕੇ ਆਪਾਂ ਨੇ ਫਿਰ ਆਹ ਲਾਈਨ ਦੇ ਨਾਲ-ਨਾਲ ਇਹਦੇ ਸੀਨ ਲਾ ਦੇਣੀਆਂ ਆ ਇੰਨੀ ਸੀਨ ਦੇ ਇਧਰ ਰਹਿਣ ਦੇਣਾ ਕਪੜਾ ਤੇ ਇਹਦੇ ਨਾਲ-ਨਾਲ ਆਪਾਂ ਸੀਨ ਲਾ ਦੇਣੀਆਂ ਤੇ ਪਾਈਪਿੰਗ ਵਿੱਚ ਲੈਣੀ ਆ ਆ ਦੇਖੋ ਇਦਾਂ ਆਹ ਲਾਈਨ ਤੋਂ ਇਧਰਲੀ ਸਾਈਡ ਇੱਥੇ ਆਪਾਂ ਮਹਿਸੂਸ ਹੁੰਦੀ ਆ ਵੀ ਪਾਈਪਿੰਗ ਆ ਆ ਆਪਾਂ ਲਾਈਨ ਤੋਂ ਇਧਰ-ਇਧਰ ਰੱਖਣੀ ਆ ਤੇ ਇੱਥੋਂ ਆਪਾਂ ਲਾਈਨ ਦੇ ਨਾਲ-ਨਾਲ ਆਪਾਂ ਨੇ ਸੀਨ ਲੌਂਦੇ ਜਾਣਾ ਵਿੱਚ ਪਾਈਪਿੰਗ ਆ ਇਹਦੇ ਆਦੇ ਆਪਾਂ ਇਹਦਾ ਸੀਨ ਲੌਂਦੇ ਜਾਣਾ ਇਧਰਲੇ ਪਾਸੇ ਆ ਇੰਨਾ ਬਰੀਕ-ਬਰੀਕ ਪਾਈਪਿੰਗ ਨਾਲੋਂ ਨਾਲ ਲਗਦੀ ਜਾਊਗੀ ਆ ਦੇਖ ਇਦਾਂ ਆਪਾਂ ਨੇ ਹੁਣ ਉਧਰ ਦੂਜੇ ਪਾਸੇ ਸਿੱਧਾ ਕਰਾਂਗੇ ਆਦੇ ਪਹਿਲਾਂ ਆਪਾਂ ਸੀਨ ਲਾ ਲਈਏ ਸਾਰੇ ਪੱਲੇ ਦੀ ਆ ਦੇਖੋ ਇਦਾਂ ਪਾਈਪਿੰਗ ਆ ਗਈ ਹੁਣ ਆਇ ਪੁੱਠਾ ਪਾਸਾ ਆਪਾਂ ਨੇ ਹੁਣ ਇਹਨੂੰ ਸਿੱਧੇ ਪਾਸੇ ਨੂੰ ਇਧਰ ਨੂੰ ਆ ਪਾਈਪਿੰਗ نیچے ਕਰ ਲਾਂਗੇ ਤੇ ਇਧਰ ਲਈ ਸਿੱਧੇ ਪਾਸੇ ਲੈ ਕੇ ਆਉਣੀ ਆ ਪੱਟੀ ਹੁਣ ਆਪਾਂ ਪੱਟੀ ਆ ਸਿੱਧੇ ਪਾਸੇ ਲੈ ਜਾਂਦੀ ਇਹ ਸਿੱਧਾ ਪਾਸਾ ਸਿੱਧੇ ਪਾਸੇ ਉੱਪਰ ਇਧਰਲੇ ਪਾਸੇ ਨੂੰ ਹੀ ਘੁਮਾ ਕੇ ਤੇ ਹੁਣ ਆਪਾਂ ਨੇ ਆ ਲਾਈਨ ਦੇ ਨਾਲ ਨਾਲ ਹੁਣ ਇਧਰ ਵੀ ਪਾਈਪਿੰਗ ਰੱਖ ਕੇ نیچے ਦੇਚ ਹੁਣ ਇਹਦੇ ਤੇ ਸੀਨ ਲਾ ਦਾਂਗੇ ਆਪਾਂ ਆ ਦੇਖੋ ਇਦਾਂ ਸੀ ਲਾਉਂਦੇ ਜਾਣਾ ਇੱਧਰ ਪਾਈਪਿੰਗ ਬ੍ਰੀਕ ਬ੍ਰੀਕ ਨਿਕਲਦੀ ਜਾਊਗੀ ਤੇ ਇਦਾਂ ਆਪਾਂ ਸਿੱਧੇ ਪਾਸੇ ਆ ਪੱਟੀ ਆਈ ਜਾਊਗੀ ਇਦਾਂ ਅੱਗੇ ਵੀ ਇਦਾਂ ਹੀ ਸਾਰੇ ਪੱਲੇ ਤੇ ਲਾਵਾਂਗੇ ਆ ਦੇਖੋ ਇਦਾਂ ਫਰੰਟ ਦਾ ਪੱਲਾ ਆਪਣਾ ਤਿਆਰ ਹੋ ਗਿਆ ਹਾਂਜੀ ਆ ਦੇਖੋ ਨਾਲੇ ਹੁਣ ਆਪਣੀ ਲੰਬਾਈ ਪੂਰੀ ਤਿਆਰ ਹੋ ਗਈ ਤੇ ਨਾਲੇ ਆਪਣੀ ਪੱਟੀ ਨਹੀਂ ਕੱਟੀ ਗਈ ਤੇ ਆ ਆਪਣਾ ਹੁਣ ਇਦਾਂ ਫਰੰਟ ਦਾ ਪੱਲਾ ਤਿਆਰ ਹੋ ਗਿਆ ਤੇ ਜੇਕਰ ਤੁਸੀਂ ਬੁਕਰਮ ਪਾਉਣੀ ਚਾਹੋ ਤਾਂ ਬੁਕਰਮ ਵੀ ਪਾ ਸਕਦੇ ਹੋ ਕਿ ਬਿਲਕੁਲ ਸਿੱਧਾ-ਸਿੱਧਾ ਵਧੀਆ ਰਹਿੰਦਾ ਤੇ ਤਰੇ ਇਦਾਂ ਆਪਾਂ ਨੂੰ ਛਾਪੇ ਵਾਲੇ ਕਮੀਜ਼ ਦੇ ਵਿੱਚ ਕੋਈ ਵੀ ਪ੍ਰੋਬਲਮ ਹੁੰਦੀ ਹੋਵੇ ਲੰਬਾਈ ਦੀ ਤੇ ਜ਼ਿਆਦਾ ਲੰਬਾਈ ਹੁੰਦੀ ਹੋਵੇ ਜਾਂ ਘੱਟ ਹੁੰਦੀ ਹੋਵੇ ਆਪਾਂ ਉਹਨੂੰ ਇਦਾਂ ਆਪਾਂ ਕਰ ਸਕਦੇ ਆ ਤੇ ਹਾਂਜੀ ਇਹਦੀ ਮੈਂ ਕਟਿੰਗ ਦੀ ਵੀ ਵੀਡੀਓ ਬਣਾਉਂਗੀ ਤੇ ਜੇਕਰ ਤੁਹਾਨੂੰ ਲੋੜ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਂ ਉਹ ਵੀ ਅਪਲੋਡ ਕਰ ਦੂੰਗੀ ਤੇ ਇਦਾਂ ਬੈਕ ਵਾਲੇ ਦੇ ਪੱਲੇ ਤੇ ਇਦਾਂ ਹੀ ਲੀਰ ਲਾ ਕੇ ਉਹ ਆਪਾਂ ਅੰਦਰ ਨੂੰ ਹੀ ਮੋੜ ਕੇ ਤਰਪਾਈ ਕਰ ਦਾਂਗੇ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ